ਪਿਛਲੇ ਦਿਨ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪ੍ਰੋਮੋ ਘੁੰਮ ਰਿਹਾ ਜਿਹੜੀ ਕਾਰਟੂਨਿਸਟ ਫਿਲਮ ਹੈ ਜਿਹਦਾ ਨਾਂ ਦੱਸਿਆ ਜਾ ਰਿਹਾ ਕਿ ਦਾਸਤਾਨ ਹੈ ਮੀਰੀ ਪੀਰੀ। ਇਹਦੇ ਨਾਂ ਤੋਂ ਸ਼ੋਅ ਹੁੰਦਾ ਕਿ ਇਹ ਸਿੱਖੀ ਨੂੰ ਸਮਰਪਿਤ ਹੋਵੇਗੀ, ਪਰ ਇਹਦਾ ਪ੍ਰੋਮੋ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਸਾਰੀ ਜਿਹੜੀ ਫਿਲਮ ਹੈ ਇਹ ਸਿੱਖ ਵਿਰੋਧੀ ਹੈ, ਸਿੱਖ ਸਿਧਾਂਤਾਂ ਦੇ ਖਿਲਾਫ ਹੈ, ਕਿਉਂਕਿ ਇਸ ਫਿਲਮ ਦੇ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੂੰ ਇੱਕ ਕਾਰਟੂਨ ਦੇ ਰੂਪ ਵਿੱਚ ਦਿਖਾਇਆ ਗਿਆ। ਇਸ ਫਿਲਮ ਦੇ ਅੰਦਰ ਸਿੱਖ ਸਿਧਾਂਤਾਂ ਦੇ ਅਨੁਸਾਰ ਮਤਲਬ ਸਾਡੇ ਗੁਰੂ ਸਾਹਿਬਾਨ ਦੇ ਉੱਤੇ ਕਾਰਟੂਨ ਰੂਪ, ਬਿੰਬ ਰੂਪ, ਕੋਈ ਵਿਅਕਤੀਗਤ ਰੂਪ ਹੋਵੇ ਭਾਵੇਂ, ਇਹਨਾਂ ਚੀਜ਼ਾਂ ਨੂੰ ਫਿਲਮ ਬਣਾਉਣ 'ਤੇ ਖਾਲਸਾ ਪੰਥ ਨੇ ਕਦੇ ਵੀ ਨਾ ਪ੍ਰਵਾਨ ਕੀਤਾ ਅਤੇ ਨਾ ਹੀ ਹੁਣ ਅਸੀਂ ਵੀ ਇਸ ਨੂੰ ਪ੍ਰਵਾਨ ਕਰਾਂਗੇ ਕਿਸੇ ਵੀ ਤਰ੍ਹਾਂ। ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ, ਜਿਹੜੀ ਅੰਮ੍ਰਿਤਸਰ ਦੀ ਇਹ ਪ੍ਰੋਡਕਸ਼ਨ ਕੰਪਨੀ ਹੈ ਇਹਨੂੰ ਜਲਦ ਤੋਂ ਜਲਦ ਬੈਨ ਕੀਤਾ ਜਾਵੇ। ਇਹਦੇ ਨਿਰਮਾਤਾ ਅਤੇ ਨਿਰਦੇਸ਼ਕ ਨੇ ਜਿਹੜੇ ਮੇਜਰ ਸੰਧੂ ਵਿਨੋਦ, ਉਹਨਾਂ 'ਤੇ ਕੇਸ ਦਰਜ ਕੀਤਾ ਜਾਵੇ, ਕਿਉਂਕਿ ਇਹ ਪ੍ਰੋਮੋ ਚੱਲਣ ਤੋਂ ਬਾਅਦ ਸਿੱਖ ਸੰਗਤਾਂ ਦੀ ਜਿਹੜੀ ਭਾਵਨਾਵਾਂ ਉਹ ਆਹਤ ਹੋਈਆਂ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਅਤੇ ਪੰਜਾਬ ਸਰਕਾਰ ਹੈ ਇਸ ਫਿਲਮ ਦੇ ਉੱਤੇ ਜਲਦ ਤੋਂ ਜਲਦ ਪਾਬੰਦੀ ਲਾਵੇ ਤਾਂ ਕਿ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਹੈ ਉਹ ਬਰਕਰਾਰ ਰਹਿ ਸਕੇ। ਜਸਵਿੰਦਰ, ਕਿਤਨਾ ਕਿਤੇ ਦੇਖਣ 'ਚ ਆਇਆ ਕਾਫੀ ਵਾਰੀ ਪਹਿਲਾਂ ਵੀ ਇੱਦਾਂ ਦੇ ਮਾਮਲੇ ਸਾਹਮਣੇ ਆਏ ਨੇ, ਜੀ ਜੀ, ਇਹ ਕੀ ਲੱਗਦਾ ਤੁਹਾਨੂੰ ਕਿਤੇ ਨਾ ਕਿਤੇ ਕਿੱਥੇ ਕਮੀ ਰਹਿ ਜਾਂਦੀ ਹੈ, ਵੀ ਕਿਉਂ ਲੋੜ ਪੈਂਦੀ ਹੈ ਜਾਂ ਫਿਲਮਾਂ ਬਣਾਉਂਦੇ ਨੇ ਜੇ ਆਪਣੇ ਗੁਰੂਆਂ ਦੇ ਵਿੱਚ ਜਿਵੇਂ ਕਾਰਟੂਨ ਦਾ ਤੁਸੀਂ ਦੱਸਿਆ, ਜੀ ਜੀ, ਫਿਰ ਕੀ ਕਰਨਾ ਚਾਹੀਦਾ ਆਪਾਂ ਨੂੰ? ਦੇਖੋ ਜੀ, ਕਮੀ ਜਿਹੜੀ ਕਿੱਥੇ ਹੈ, ਜਦੋਂ ਫਿਲਮਾਂ ਬਣਦੀਆਂ ਨੇ, ਪਿੱਛੇ ਜੀ ਅਮੀਰ ਖਾਨ ਨੇ ਵੀ ਸਿੱਖ ਕਾਰਾਂ ਦੀ ਬੇਅਦਬੀ ਕੀਤੀ ਸੀ ਇੱਕ ਫਿਲਮ ਦੇ ਵਿੱਚ, ਬੜੀ ਫਿਲਮਾਂ ਆ ਰਹੀਆਂ ਨੇ, ਨਾਨਕ ਸ਼ਾਹ ਫਕੀਰ ਆਈ ਹੈ, ਉਸ ਤੋਂ ਪਹਿਲਾਂ ਵੀ ਕਈ ਫਿਲਮਾਂ ਆਈਆਂ ਨੇ। ਕਮੀ ਇੱਥੇ ਰਹਿੰਦੀ ਹੈ, ਸਾਡੀ SGPC ਨੇ ਵੀ ਗੱਲ ਕੀਤੀ ਹੈ ਕਿ ਅਸੀਂ ਪਾਬੰਦੀ ਲਵਾਵਾਂਗੇ, ਅਸੀਂ ਫਿਲਮ ਦੇਖਾਂਗੇ, ਜਾਂ ਪੰਜਾਬ ਸਰਕਾਰ ਵੀ। ਸਭ ਤੋਂ ਪਹਿਲਾਂ ਜਿਹੜੀ ਵੀ ਕੋਈ ਸਿੱਖ ਵਿਰੋਧੀ ਫਿਲਮ ਆਉਂਦੀ ਹੈ, ਸਿੱਖ ਸੰਗਤ ਜਿਹਦਾ ਵਿਰੋਧ ਕਰਦੀ ਹੈ, ਫਿਲਮ ਬਣਾਉਣ ਵਾਲਿਆਂ ਅਤੇ ਨਿਰਦੇਸ਼ਕਾਂ 'ਤੇ ਕੇਸ ਦਰਜ ਹੋਵੇ, ਉਸ ਤੋਂ ਬਾਅਦ ਹੈ ਜਿਹੜੀ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਇਹ ਹਰ ਵਾਰੀ ਕਹਿ ਦਿੰਦੇ ਨੇ, ਗੁਰੂ ਸਾਹਿਬਾਨ ਦਾ ਅਪਮਾਨ ਕਰਦੇ ਨੇ ਫਿਲਮਾਂ 'ਚ, ਸਿੱਖ ਸੰਗਤਾਂ ਦੀ ਜਿਹੜੀ ਭਾਵਨਾ ਵਾ ਉਹ ਆਹਤ ਕਰਦੇ ਨੇ, ਮੁੜ ਕੇ ਉਹ ਸੀਨ ਕੱਟ ਦਿੰਦੇ ਨੇ, ਗੱਲ ਫੇਰ ਦੀ ਫੇਰ ਉੱਥੇ ਖੜੀ ਹੋ ਜਾਂਦੀ ਹੈ। ਇਹ ਜਾਣ ਬੁੱਝ ਕੇ ਗੁਰੂ ਸਾਹਿਬ ਦੇ ਪ੍ਰਤੀ ਫਿਲਮਾਂ ਬਣਾਉਂਦੇ ਨੇ ਤਾਂ ਕਿ ਸਿੱਖ ਇਹਦਾ ਵਿਰੋਧ ਕਰਨ, ਜਿਹਦੇ ਨਾਲ ਇਸ ਫਿਲਮ ਨੂੰ ਪ੍ਰਮੋਸ਼ਨ ਮਿਲੇ ਕਿ ਸਾਡਾ ਜਿਹੜਾ ਬਿਜ਼ਨਸ ਹੈ ਉਹ ਵਧੇ। ਨਹੀਂ, ਹੁਣ ਇਹ ਜਿਹੜੀ ਪਾਬੰਦੀ ਦੀ ਗੱਲ ਕੀਤੀ ਹੈ, ਜੇ ਨਹੀਂ ਇਹ 'ਤੇ ਪਾਬੰਦੀ ਲੱਗਦੀ ਤਾਂ ਯੂਨਾਈਟਿਡ ਸਿੱਖ ਪਾਰਟੀ ਜਾਂ ਹੋਰ ਸਿੱਖ ਜਥੇਬੰਦੀਆਂ ਦਾ ਅਗਲਾ ਕਦਮ ਕੀ ਹੋਊਗਾ? ਦੇਖੋ ਜੀ, ਜਿੱਦਣ ਦਾ ਇਹ ਪ੍ਰੋਮੋ ਆਇਆ ਪੂਰੇ ਸਿੱਖ ਜਗਤ ਦੇ ਵਿੱਚ ਇੱਕ ਵੱਡੀ ਵਿਰੋਧ ਦੀ ਲਹਿਰ ਖੜੀ ਹੋ ਚੁੱਕੀ ਹੈ ਆਲਰੇਡੀ, ਅਤੇ ਜੇ ਪੰਜਾਬ ਸਰਕਾਰ ਹੀ 'ਤੇ ਫਿਰ ਵੀ ਨਹੀਂ ਪਾਬੰਦੀ ਲਾਉਂਦੀ ਤਾਂ ਅਸੀਂ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਖੁਦ ਇਹ ਪੰਜਾਬ ਦੇ ਵਿੱਚ ਪਾਬੰਦੀ ਲਾਵਾਂਗੇ, ਇਸ ਫਿਲਮ ਦਾ ਪੂਰਾ ਡਟ ਕੇ ਵਿਰੋਧ ਕੀਤਾ ਜਾਵੇਗਾ। ਕਈ ਹੋਰ ਫਿਲਮਾਂ 'ਚ ਕਮੈਂਟ ਵੀ ਕੀਤਾ ਜਾਂਦਾ, ਜੀ ਜੀ ਜੀ, ਉਹਦੇ ਬਾਰੇ ਪਹਿਲਾਂ ਵੀ ਅਸੀਂ ਜਿਹੜੀ ਅਮੀਰ ਖਾਨ ਦੀ ਸੀਗੀ ਉਹਦੇ ਬਾਬਤ ਦਰਖਾਸਤ ਵੀ ਕੀਤੀ ਸੀ ਕਿ ਇਹਦੇ ਕੇਸ ਦਰਜ ਹੋਵੇ, ਅਤੇ SGPC ਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਉਹ ਵਾਕਈ ਜੇ ਕੌਮ ਪ੍ਰਤੀ ਸੁਹਿਰਦ ਹੋ ਕੇ ਬਿਆਨ ਦੇ ਰਹੇ ਨੇ ਤਾਂ ਸਭ ਤੋਂ ਪਹਿਲਾਂ ਇਹਨਾਂ ਲੋਕਾਂ 'ਤੇ ਕੇਸ ਦਰਜ ਕਰਾਉਣ, ਤਾਂ ਅਸੀਂ ਉਹਨਾਂ ਨੂੰ ਮੰਨਾਂਗੇ ਕਿ ਉਹ ਵਾਕਈ ਇਹ ਫਿਲਮ ਨੂੰ ਦੇਖਣ ਤੋਂ ਬਾਅਦ ਇਹਦੇ ਵਿੱਚ ਜਿਹੜੇ ਸੀਨ ਨੇ ਉਹਨੂੰ ਕੱਟਣਗੇ ਜਾਂ ਇਹ 'ਤੇ ਕਾਰਵਾਈ ਕਰਨਗੇ। ਫਿਲਮ ਨੂੰ ਲੈ ਕੇ ਇਹ ਮੀਰੀ ਪੀਰੀ ਦਾਸਤਾਨ ਫਿਲਮ ਆ ਰਹੀ ਹੈ, ਇਹਦੇ ਵਿੱਚ ਗੁਰੂ ਸਾਹਿਬ ਨੂੰ ਕਾਰਟੂਨ ਦੇ ਰੂਪ ਵਿੱਚ ਦਿਖਾਇਆ ਗਿਆ, ਪਰ ਮੈਂ ਸਮਝਦਾ ਵੀ ਇਹਨਾਂ ਗੱਲਾਂ ਦਾ ਪ੍ਰਭਾਵ ਇਹ ਪੈ ਰਿਹਾ, ਤੁਸੀਂ ਇਹ ਦੇਖਿਆ ਜਿਵੇਂ ਗੁਜਰਾਤ ਦੇ ਵਿੱਚ ਇੱਕ ਗੁਰੂ ਨਾਨਕ ਸਾਹਿਬ ਦੀ ਮੂਰਤੀ ਸਥਾਪਿਤ ਕਰਕੇ ਵੀ ਉਹਨਾਂ ਨੇ ਇੱਕ ਮੰਦਿਰ ਬਣਾ ਦਿੱਤਾ, ਉਹ ਹੈ ਮੂਰਤੀ ਦਾ ਹੀ ਰੂਪ, ਉਹਨੂੰ ਬੜਾਵਾ ਦੇ ਰਹੇ ਨੇ ਹੌਲੀ ਹੌਲੀ, ਜੋ ਕਿ ਸਾਡੇ ਸਿੱਖ ਸਿਧਾਂਤ ਦੇ ਅਨੁਸਾਰ ਬਿਲਕੁਲ ਗਲਤ ਹੈ। ਗੌਰਮੈਂਟ ਕੋਲ ਮੰਗ ਕਰਦੇ ਹਾਂ ਕਿ ਇਸ ਤੋਂ ਪਹਿਲਾਂ ਸਿੱਖ ਸੰਗਤਾਂ ਸੜਕਾਂ 'ਤੇ ਉਤਰਨ, ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਇਹ 'ਤੇ ਤੁਰੰਤ ਪਾਬੰਦੀ ਲਾਈ ਜਾਵੇ ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਉਹ ਸ਼ਾਂਤ ਬਣਿਆ ਰਹੇ। ਸਰਕਾਰ ਕੋਲੋਂ ਅਸੀਂ ਇਸ ਗੱਲ ਦੀ ਉਮੀਦ ਵੀ ਰੱਖਦੇ ਹਾਂ ਕਿ ਇਹ 'ਤੇ ਤੁਰੰਤ ਜਿਵੇਂ
ਨਾਨਕ ਸ਼ਾਹ ਫਕੀਰ ਨੂੰ ਵੀ ਰੌਲਾ ਪੈਣ ਤੋਂ ਬਾਅਦ ਸਰਕਾਰ ਨੇ ਐਕਸ਼ਨ ਲਿਆ ਬੰਦ ਕਰਵਾਈ, ਅਤੇ ਮੈਂ ਹੁਣ ਅਪੀਲ ਕਰਦਾ ਕਿ ਉਸ ਤੋਂ ਪਹਿਲਾਂ ਹੀ ਕਿ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਹੋਵੇ, ਇੱਥੇ ਪਾਬੰਦੀ ਲੱਗਣੀ ਚਾਹੀਦੀ ਹੈ, ਜੋ ਸਾਡੇ ਸਿੱਖ ਸਿਧਾਂਤਾਂ ਦੇ ਉਲਟ ਹੈ। ਇਕੱਲੀ ਫਿਲਮ 'ਤੇ ਪਾਬੰਦੀ ਦੀ ਗੱਲ ਕਰ ਰਹੇ ਹੋ ਜਾਂ ਜਿਹੜਾ ਫਿਲਮ ਬਣਾ ਰਿਹਾ ਉੱਥੇ ਵੀ ਪੂਰਨ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਤਾਂ ਜੋ ਅੱਗੇ ਤੋਂ ਫਿਲਮਾਂ ਨਾ? ਦੇਖੋ, ਇਹ ਤਾਂ ਮੈਂ ਕਹਿੰਦਾ ਵੀ ਸਾਡੀ SGPC ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਲਾਇਕ ਬਣਾ ਕਿਤੇ ਕੋ ਬਿਲਕੁਲ ਸਥਿਰ ਰੂਪ ਦੇ ਵਿੱਚ ਐਸਾ ਕੋਈ ਕਾਨੂੰਨ ਨਹੀਂ ਬਣਾ ਸਕੇ ਚਾਹੀਦਾ, ਕਿਉਂਕਿ ਉਹਨਾਂ ਦੇ ਹੱਥ ਵੱਡੀ ਪਾਵਰ ਹੈ। SGPC ਨੂੰ ਚਾਹੀਦਾ ਕਿ ਇਹੋ ਜਿਹਾ ਕੋਈ ਕਾਨੂੰਨ ਬਣਵਾ ਦੇਣ ਕਿ ਗੁਰੂ ਸਾਹਿਬਾਂ ਦੇ ਜੀਵਨ ਪ੍ਰਤੀ ਕੋਈ ਵੀ ਕਾਰਟੂਨ ਮੂਵੀ ਕੋਈ ਵੀ ਫਿਲਮ ਕਿਸੇ ਤਰ੍ਹਾਂ ਵੀ ਨਹੀਂ ਬਣਨੀ ਚਾਹੀਦੀ। ਇੱਥੇ ਵੱਡੀਆਂ ਵੱਡੀਆਂ ਹੋਰ ਕਿੰਨੀਆਂ ਕੰਪਨੀਆਂ ਬੈਠੀਆਂ ਨੇ, ਮੈਂ ਤਾਂ ਕਹਿੰਦਾ ਕਿ ਗੁਰੂ ਸਾਹਿਬ ਦੇ ਜੀਵਨ 'ਤੇ ਕਾਰਟੂਨ ਫਿਲਮ ਬਣਦੀ ਵੀ ਇੱਕ ਮੂਰਤੀ ਰੂਪ ਹੈ, ਅਤੇ ਦਰਬਾਰ ਸਾਹਿਬ ਦੇ ਬਾਹਰ ਜਾਂ ਇਤਿਹਾਸਿਕ ਗੁਰਦੁਆਰਿਆਂ ਦੇ ਬਾਹਰ ਜਾਵੋ ਉੱਥੇ ਵੀ ਗੁਰੂ ਸਾਹਿਬ ਦੇ ਨਾਂ ਦੀਆਂ ਮੂਰਤੀਆਂ ਵਿਕ ਰਹੀਆਂ ਨੇ। SGPC ਸਾਡਾ ਨਿਕੰਮਾਪਨ ਹੈ ਜਿਹੜਾ ਸਾਰਾ ਕੁਝ ਹੋ ਰਿਹਾ, ਜੋ ਸਿੱਖ ਸਿਧਾਂਤਾਂ ਦਾ ਘਾਣ ਹੋ ਰਿਹਾ। ਕਿਹਾ ਜਾਂਦਾ ਕਿ ਸਿੱਖ ਜਿਹੜੇ ਧਰਮ ਪ੍ਰਚਾਰ ਕੀਤਾ ਜਾਂਦਾ, ਛੋਟੇ ਛੋਟੇ ਬੱਚਿਆਂ ਨੂੰ ਫਿਲਮਾਂ ਦੇ ਰਾਹੀਂ ਸਿੱਖਾਂ ਦੇ ਜਿਹੜੇ ਬਾਰੇ ਦੱਸਿਆ ਜਾਂਦਾ, ਕੀ ਲੱਗਦਾ ਕਿਤੇ ਨਾ ਕਿਤੇ ਸਹੀ ਵੀ ਹੈ ਜਾਂ ਤੁਹਾਨੂੰ ਲੱਗਦਾ ਫਿਲਮਾਂ ਬਣਨੀ ਨਹੀਂ ਚਾਹੀਦੀਆਂ? ਦੇਖੋ, ਉਸ ਵਿੱਚ ਆਪਾਂ ਪ੍ਰਚਾਰ ਨੂੰ ਇੱਥੇ ਨਾ ਜੋੜੀਏ ਕਿ ਸਿੱਖ ਸਿਧਾਂਤਾਂ ਦਾ ਧਾਣ ਕਰਕੇ ਆਪਾਂ ਪ੍ਰਚਾਰ ਕਰੀਏ। ਕਿੱਦਾਂ ਦਾ ਹੋਣਾ ਚਾਹੀਦਾ? ਸਿਧਾਂਤਾਂ ਨੂੰ ਤੁਸੀਂ ਤੋੜ ਰਹੇ ਹੋ, ਜਦੋਂ ਤੁਸੀਂ ਸਿਧਾਂਤ ਨੂੰ ਹੀ ਤੋੜ ਰਹੇ ਹੋ ਤਾਂ ਫਿਰ ਪ੍ਰਚਾਰ ਕਾਹਦਾ? ਇਹ ਪ੍ਰਚਾਰ ਅਜਿਹਾ ਪ੍ਰਚਾਰ ਨਹੀਂ, ਉਹਦਾ ਕੋਈ ਜਿਹੜੇ ਜੀ ਫਿਲਮ ਬਣਨੀ ਨਹੀਂ ਹੈ, ਉਹਦਾ ਕੋਈ ਵੇਹ ਨਿਕਲ ਸਕਦਾ ਕਿ ਗੁਰੂ ਸਾਹਿਬ ਦਾ ਜਿੱਥੇ ਕੋਈ ਸੀਨ ਦਿਖਾਉਣਾ ਹੈ ਸਿਰਫ ਉਹਨੂੰ ਸ਼ਬਦ ਰੂਪ ਦਿਖਾਇਆ ਜਾ ਸਕਦਾ, ਨਾ ਕਿ ਕਾਰਟੂਨ ਰੂਪ ਦਿਖਾਇਆ ਜਾ ਸਕਦਾ, ਉਹਦੇ ਵਿੱਚ ਸਿਰਫ ਸ਼ਬਦ ਰੂਪ, ਕਿਉਂਕਿ ਸਾਡਾ ਗੁਰੂ ਹੈ ਹੀ ਸ਼ਬਦ ਰੂਪ ਹੈ, ਉਹਨੂੰ ਸ਼ਬਦ ਰੂਪ ਵਿੱਚ ਦਿਖਾਇਆ ਜਾ ਸਕਦਾ। ਫਿਰ ਉਹ ਮਨਜ਼ੂਰ ਹੈ ਤੁਹਾਨੂੰ ਜੇ ਸ਼ਬਦ ਰੂਪ ਦੇ ਵਿੱਚ ਦਿਖਾਇਆ ਜਾਂਦਾ? ਹਾਂ, ਜੇ ਉਹਦੇ ਵਿੱਚ ਕਾਰਟੂਨ ਗੁਰੂ ਸਾਹਿਬ ਦਾ ਨਹੀਂ ਬਣਾਇਆ ਗਿਆ, ਸਿਰਫ ਸ਼ਬਦ ਦਾ ਪ੍ਰਗਟਾਵਾ ਹੋ ਰਿਹਾ, ਉਹ ਸੰਗਤ ਦੇਖੇਗੀ, ਉਹਦੇ ਵਿੱਚ ਕੋਈ ਇਤਰਾਜ਼ ਫਿਰ ਨਹੀਂ ਹੁੰਦਾ ਉਹਦੇ ਵਿੱਚ। ਜਿਹੜੀ ਸਿੱਖਿਆਵਾਂ ਨੇ ਮਤਲਬ ਗੁਰੂ ਸਾਹਿਬ ਦੀਆਂ, ਉਹਨਾਂ ਨੂੰ ਦੱਸਿਆ ਜਾਵੇ ਲੋਕਾਂ 'ਤੇ, ਉਹ ਲਾਗੂ